ਸਤਿ ਸ੍ਰੀ ਅਕਾਲ ਜੀ। ਅੱਜ ਤੁਹਾਨੂੰ ਦਿਖਾਵਾਂਗੇ ਜਾਦੂ ਵਾਲਾ ਕੱਪ। ਆਪਾਂ ਹੁਣ ਜਾਦੂ ਕੱਪਾਂ 'ਚ ਵੀ ਹੋਣ ਲੱਗ ਗਏ, ਲੋਕ ਜਾਦੂ ਕਰਦੇ ਨੇ। ਆਪਾਂ ਵੀ ਤੁਹਾਨੂੰ ਜਾਦੂ ਆ ਕੱਪ ਤੁਸੀਂ ਦੇਖ ਸਕਦੇ ਜੋ ਮੈਂ ਬਿਲਕੁਲ ਬਲੈਕ ਕੱਪ ਆ ਜੀ। ਅਤੇ ਪਵਨ ਮਾਰ ਮੰਤਰ ਹੋਏ, ਪਵਨ ਮੰਤਰ ਮਾਰ ਕੇ ਉਹਦੇ ਵਿੱਚ ਪਾਣੀ ਪਾਵਾਂਗੇ ਅਤੇ ਨਾਲ ਜਿਹੜਾ ਫੋਟੋ ਜੀ ਸੋ ਹੋਊਗੀ ਦੇਖੋ। ਅਤੇ ਤੁਸੀਂ ਦੇਖ ਸਕਦੇ ਹੋ ਜਾਦੂ ਨੂੰ ਥੋੜ੍ਹਾ ਟਾਈਮ ਲੱਗਣਾ। ਕੱਪ ਜਿਹੜਾ ਲਾਈਟ ਆ ਗਈ ਕੱਪ ਦੇ ਵਿੱਚ ਆਪਦੇ ਆਪ, ਕੱਪ ਲੱਗ ਗਿਆ ਜਗਨ। ਦੇਖੋ ਜੀ, ਦੇਖੋ ਇਹਦੇ ਕੋਈ ਤਾਰ ਨਹੀਂ ਲੱਗੀ, ਬਿਲਕੁਲ ਨਿਰਾਲਾ ਕੱਪ ਪਿਆ। ਜਾਦੂ ਮੰਤਰ ਮਾਰ ਕੇ ਕੱਪ ਦੇ ਵਿੱਚ ਫੋਟੋ ਲਿਆ ਦੀ, ਦੇਖ ਸਕਦੇ ਤੁਸੀਂ। ਦੇਖੋ ਜੀ, ਭਰਦੇ ਆ। ਦੇਖੋ ਜੀ, ਹੁਣ ਜਮਾਂ ਪੂਰੀ ਫੋਟੋ ਆ ਜਾਓ, ਵਿੱਚ ਗਰਮ ਪਾਣੀ ਪਾਈ ਜਾਵਾਂਗੇ, ਫੋਟੋ ਆ ਜਾਊ ਬਾਰੇ ਤੁਸੀਂ ਦੇਖ ਸਕਦੇ ਹੋ। ਆ ਦੇਖ ਸਕਦੇ ਤੁਸੀਂ ਜਿਹੜੇ ਫੋਟੋ ਬਣੇ, ਇਹ ਬਾਜ਼ਾਰ 'ਚੋਂ ਬਣ ਜਾਂਦਾ, 300 ਰੁਪਏ ਲੱਗਦੇ ਅਤੇ ਫੋਟੋ ਪ੍ਰਿੰਟ ਹੋ ਜਾਂਦੀ ਹੈ। ਜਦੋਂ ਗਰਮ ਪਾਣੀ ਪਾਉਂਦੇ ਤਾਂ ਫੋਟੋ ਸਾਫ਼ ਹੋ ਜਾਂਦੀ ਹੈ ਜੀ। ਅਤੇ ਆਪਣੇ ਪਿੰਡਾਂ 'ਚੋਂ ਅਸੀਂ ਦਾਣਾ ਮੰਗ ਕੇ ਲੈ ਜਾਂਦੇ ਹਾਂ ਇਹੋ ਜਿਹਾ ਜਾਦੂ ਦਿਖਾ ਕੇ ਬਸ। ਆ ਫੋਟੋ ਦੇਖ ਸਕਦੇ ਹਾਂ ਤੁਸੀਂ, ਠੀਕ ਹੈ ਜੀ। ਜਾਦੂ ਵਾਲਾ ਕੱਪ ਇਹਨੂੰ ਕਹਿੰਦੇ ਨੇ। ਅਤੇ ਜਦੋਂ ਆਪਾਂ ਪਾਣੀ ਕੱਢ ਦੇਵਾਂਗੇ, ਪਾਉਣ ਖੜ ਪਾਣੀ ਕੱਢੀ, ਪਾਣੀ ਕੱਢੀ ਪਾਉਣ, ਪਾਣੀ ਕੱਢੀ, ਜਿਹਦੇ 'ਚ ਠੰਡਾ ਪਾਣੀ ਪਾ ਦਾਂਗੇ ਇਹ ਕਾਲਾ ਹੋ ਜੂਗਾ ਦੁਬਾਰੇ। ਲਓ ਜੀ, ਹੁਣ ਇਹ 'ਚ ਠੰਡਾ ਪਾਣੀ ਪਾਉਣ ਲੱਗਿਆ ਅਤੇ ਤੁਸੀਂ ਦੇਖ ਸਕਦੇ ਜਿਹੜਾ ਰੰਗ ਇਹਦਾ ਦੁਬਾਰੇ ਕਾਲਾ ਹੋ ਜੂ। ਸਾਇੰਸ ਨੇ ਬਹੁਤ ਤਰੱਕੀ ਕਰ ਲਈ ਅਤੇ ਤੁਸੀਂ ਦੇਖ ਸਕਦੇ ਹੁਣ ਠੰਡਾ ਪਾਣੀ ਨਾਲ ਹੁੰਦੇ ਪਾਈ ਜਾਂਦੇ। ਇੱਧਰ ਦੇਖੋ, ਕਾਲਸ ਵੀ ਚੜ੍ਹਦੀ ਜਾ ਰਹੀ ਹੈ। ਦੇਖੋ ਜੀ, ਹੁਣ ਜਿਹੜੀ ਫੋਟੋ ਆਣੇ ਇਹ ਵਗ ਜਾਣਗੇ ਆਪਦੇ ਘਰ, ਅਤੇ ਜਦੋਂ ਤੱਤਾ ਪਾਣੀ ਪਾਵਾਂਗੇ ਫਿਰ ਬਾਹਰ ਆ ਜਾਣਗੀਆਂ। ਹੁਣ ਇਹ ਲੱਗ ਗਿਆ, ਇਹਨੂੰ ਲੱਗ ਗਿਆ ਲੋਕ ਅਤੇ ਫੋਟੋ ਆ ਗਈ ਅੰਦਰ, ਚੱਕੋ ਜੀ। ਹੁਣ ਇਹ ਕੱਪ ਬਿਲਕੁਲ ਜਿਹੜਾ ਹੋ ਸਕੇ ਬਲੈਕ ਹੋ ਗਿਆ, ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਅਤੇ ਜਦੋਂ 'ਚ ਗਰਮ ਪਾਣੀ ਪਾਵਾਂਗੇ ਅਤੇ ਇਹ ਫੋਟੋ ਆਣੇ ਜਿਹੜੀ ਇਹ ਰੰਗ ਉੱਡ ਜੂ, ਅਤੇ ਫੋਟੋਆਂ ਆਪਣੇ ਆਪ ਫੋਟੋਆਂ ਫਿਰ ਨਿਕਲ ਸਕਦੀਆਂ, ਫਿਰ ਨਿਕਲ ਜਾਣਗੀਆਂ। ਆਹ ਦੇਖੋ, ਤੁਸੀਂ ਦੇਖ ਸਕਦੇ ਕੱਪ ਬਿਲਕੁਲ ਜਿਹੜਾ ਇਹ ਬਲੈਕ ਹੋ ਗਿਆ, ਅਤੇ ਇਹ ਦੁਕਾਨ ਨਾਲ ਬਣਾਉਂਦੇ ਨੇ, 200-300 ਰੁਪਏ ਲੈਂਦੇ ਨੇ ਜੇ ਕਿਸੇ ਨੂੰ ਬਣਾਉਣਾ ਕੱਪ, 300 ਮਿਲੇ ਮੁਲੇ 250 ਦਾ ਬਣਾਉਂਦੇ ਆ। ਅਤੇ ਦੇਖ ਸਕਦੇ ਹੋ, ਧੰਨਵਾਦ ਜੀ, ਵੀਡੀਓ ਵਧੀਆ ਲੱਗੀ ਤਾਂ ਅੱਗੇ ਵੀ ਸ਼ੇਅਰ ਕਰਿਓ।